हेलो दोस्तों बेस्ट फ्यूचर एजुकेशन चैनल ਵਿੱਚ ਤੁਹਾਡਾ ਸਵਾਗਤ ਹੈ। ਦੋਸਤੋ ਇਸ ਵੀਡੀਓ ਵਿੱਚ ਕਵਰ ਕਰ ਰਹੇ ਹਾਂ ਪੰਜਾਬ ਪੁਲਿਸ ਕਨਸਟੇਬਲ एग्जाम ਰਿਲੇਟਡ ਕੰਪਿਊਟਰ ਦੇ ਟੌਪ 15 MCQ ਜਿਨ੍ਹਾਂ ਦੋਸਤਾਂ ਨੇ ਪੰਜਾਬ ਪੁਲਿਸ ਕਨਸਟੇਬਲ ਦਾ एग्जाम ਦੇਣਾ ਹੈ ਤਾਂ ਵੀਡੀਓ ਦੇਖੀ ਤੱਕ ਬਨੇ ਰਹਿਣਾ ਚੈਨਲ ਤੇ ਫਾਸਟ ਸਾਰਬਸਟ ਕੀਤਾ ਚੱਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਐਂਡ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਐਂਡ ਵੀਡੀਓ ਦੇਖੀਰ ਕਮੈਂਟ ਬਾਕਸ ਵਿੱਚ ਆਪਣੇ ਨੰਬਰ ਜਰੂਰ ਸ਼ੇਅਰ ਕਰਨਾ ਕਿੰਨੇ ਸਹੀ ਗਏ ਨੇ। ਕੁਚਨ ਨੰਬਰ 1 ਹੇਟ ਲਿਖਿਆਂ ਵਿੱਚੋਂ ਕਿਹੜੇ ਕੰਪਿਊਟਰ ਦੇਖੇਸਮ ਨਹੀਂ ਹੈ? ਤਾ ਰਾਈਟ ਆਨਸਰ ਹੈ ਮੇਨ ਫਰਮ ਠੀਕ ਹੈ ਜੀ ਮੇਨ ਫਰਮ ਜੋ ਕੋਈ ਵੀ ਕੰਪਿਊਟਰ ਦੀ ਕਿਸਮ ਨਹੀਂ ਹੈ ਕਿਉਂਕਿ ਦੋਸਤੋ ਜੋ ਮੇਨ ਫਰੇਮ ਕੰਪਿਊਟਰ ਦੀ ਕਿਸਮ ਹੁੰਦੀ ਹੈ ਇੱਥੇ ਜੋ ਮੇਨ ਫਰਮ ਦੀ ਗੱਲ ਕੀਤੀ ਹੈ ਇਨਪੁਟ ਡਿਵਾਈਸ OCR ਦਾ ਪੂਰਾ ਨਾਮ ਕੀ ਹੈ ਤਾਂ ਰਾਈਟ ਆਨਸਰ ਹੈ ਆਪਟੀਕਲ ਕਾਰਡ ਰੀਡਰ ਠੀਕ ਹੈ ਜੀ MS ਵਰਡ ਵਿੱਚ ਦੂਸਰੀ ਲਾਈਨ ਵਿੱਚ ਜਾਣ ਲਈ ਕਿਸ ਦਾ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਟਰ ਕੀ ਠੀਕ ਹੈ ਆਪਾਂ ਜਦੋਂ ਟਰ ਕੀ ਪ੍ਰੈਸ ਕਰਦੇ ਹਾਂ ਤਾਂ MS ਵਰਡ ਵਿੱਚ ਦੂਸਰੀ ਲਾਈਨ ਵਿੱਚ ਚਲੇ ਜਾਂਦੇ ਹਾਂ ਡਾਟ ਮੈਟ੍ਰਿਕਸ ਕਿਸ ਦੀ ਕਿਸਮ ਹੈ ਆ ਰਾਈਟ ਆਨਸਰ ਹੈ ਪ੍ਰਿੰਟਰ ਠੀਕ ਹੈ ਜੋ ਡਾਟ ਮੈਟ੍ਰਿਕਸ ਨੇ ਇਹ ਪ੍ਰਿੰਟਰ ਦੇ ਕਿਸ ਨਾਮ ਤਾਂ ਦੋਸਤੋ ਇਹ ਤੁਸੀਂ ਬੈਂਕਾਂ ਅੰਦਰ ਐਂਡ ਪੋਸਟ ਆਫਿਸ ਵਿੱਚ ਦੇਖ ਸਕਦੇ ਹੋ ਕੀਬੋਰਡ ਉੱਪਰ ਫੰਕਸ਼ਨ ਕੀ ਦੀ ਸੰਖਿਆ ਕਿੰਨੀ ਹੁੰਦੀ ਹੈ ਤਾਂ ਰਾਈਟ ਆਨਸਰ ਹੈ 12 ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਕੀਬੋਰਡ ਉੱਪਰ ਜੋ ਐਫ1 ਠੀਕ ਹੈ ਜੀ f2 ਇਸ ਤਰ੍ਹਾਂ ਜੋ 12 ਤੱਕ ਹੁੰਦੀਆਂ ਨੇ ਠੀਕ ਹੈ ਜੀ ਇਹ ਕੀ ਇਸ ਤਾਂ ਇਹਨਾਂ ਨੂੰ ਜੋ ਫੰਕਸ਼ਨ ਕੀ ਕਹਿੰਦੇ ਨੇ ਵਿੰਡੋਜ਼ 10 ਦਾ ਸਬੰਧ ਕਿਸ ਨਾਲ ਹੈ ਤਾਂ ਰਾਈਟ ਆਨਸਰ ਹੈ ਮਾਈਕਰੋਸਾਫਟ ਠੀਕ ਹੈ ਮਾਈਕਰੋਸਾਫਟ ਨਾਲ ਸਬੰਧ ਰਿਹਾ ਕਿਉਂਕਿ ਦੋਸਤੋ ਜੋ ਵਿੰਡੋਜ਼ ਹੈ ਇਸ ਨੂੰ ਕ੍ਰੀਏਟ ਹੀ ਜੋ ਮਾਈਕਰੋਸਾਫਟ ਵੱਲੋਂ ਕੀਤਾ ਗਿਆ ਸੀ जावा कंप्यूटर अंदर की कम है आंसर है प्रोग्रामिंग लैंगुएज़ ठीक है जवा एक प्रोग्रामिंग लैंग्वेज है हेठ लिखियों आउटपुट डिवाइस नहीं है ਆ ਰਾਈਟ ਆਨਸਰ ਹੈ ਲਾਈਟ ਪੈਨ ਠੀਕ ਹੈ ਲਾਈਟ ਪੈਨ ਇੱਕ ਇਨਪੁਟ ਡਿਵਾਈਸ ਹੈ ਬਾਕੀ ਮੋਨੀਟਰ ਪ੍ਰਿੰਟਰ ਤੇ 플ਟਰ ਠੀਕ ਹੈ ਇਹ ਆਉਟਪੁਟ ਡਿਵਾਈਸ ਨੇ ਤਾਂ ਦੋਸਤੋ ਜੋ 플ਟਰ ਹੁੰਦਾ ਹੈ ਜੋ ਵੱਡੇ ਫਲੈਕਸ ਠੀਕ ਹੈ ਪ੍ਰਿੰਟ ਕੀਤੇ ਜਾਂਦੇ ਨੇ ਉਹ 플ਟਰ ਦੁਆਰਾ ਕੀਤੇ ਜਾਂਦੇ ਨੇ ਪੋਸਟ ਦਾ ਪੂਰਾ ਨਾਮ ਕੀ ਹੈ ਤਾਂ ਰਾਈਟ ਆਨਸਰ ਹੈ ਪਾਵਰ ਆਨ ਸੈਲਫ ਟੈਸਟ ਠੀਕ ਹੈ ਜੀ ਜਦੋਂ ਕੰਪਿਊਟਰ ਆਪਾਂ ਸਟਾਰਟ ਕਰਦੇ ਆ ਤਾਂ ਉਸ ਟਾਈਮ ਜੋ ਪੋਸਟ ਕੰਮ ਕਰਦੀ ਏ ਇਹ ਦਾ ਮਤਲਬ ਹੁੰਦਾ ਹੈ ਕਿ ਉਸ ਟਾਈਮ ਜੋ ਪੂਰੇ ਕੰਪਿਊਟਰ ਅੰਦਰ ਜਾਂਚ ਕੀਤੀ ਜਾਂਦੀ ਹੈ ਹਾਰਡਵੇਅਰ ਦੀ ਠੀਕ ਹੈ ਜੀ ਕੋਈ ਕੋਈ ਪ੍ਰੋਬਲਮ ਤਾਂ ਨਹੀਂ ਤਾਂ ਜੇਕਰ ਕੋਈ ਪ੍ਰੋਬਲਮ ਨਜ਼ਰ ਆਉਂਦੀ ਹੈ ਤਾਂ ਤੁਹਾਨੂੰ ਸਕਰੀਨ ਤੇ ਜੋ 에ਰਰ ਸ਼ੋ ਕਰਦਾ ਹੈ ਤਾਂ ਉਹ ਜੋ ਪੋਸਟ ਵੱਲੋਂ ਕੀਤਾ ਜਾਂਦਾ ਹੈ ਠੀਕ ਹੈ ਯਾਨੀ ਕਿ ਇਸ ਨੂੰ ਕਿਹਾ ਜਾਂਦਾ ਹੈ ਪਾਵਰ ਆਨ ਸੈਲਫ ਟੈਸਟ एम आई सी आर का पूरा नाम की हैइट आंसर है करैक्टर ठीक है एम आई सी आर बच्चे सी का पूरा नाम हों करैक्टर कर जो एम आई सी आर का पूरा नाम है मैगनेटिक इंक करैक्टर रिकोगनाइशन ਕਿਸ ਪੀੜੀ ਵਿੱਚ ਆਈਸੀ ਚਿਪ ਦਾ ਪ੍ਰਯੋਗ ਹੋਣ ਲੱਗਿਆ ਤਾਂ ਰਾਈਟ ਆਨਸਰ ਹੈ ਥਰਡ ਜਨਰੇਸ਼ਨ ਠੀਕ ਹੈ ਜੀ ਤੀਸਰੀ ਪੀੜੀ ਵਿੱਚ ਜੋ ਆਈਸੀ ਚਿਪ ਦਾ ਪ੍ਰਯੋਗ ਹੋਣ ਲੱਗਿਆ ਸੀ ਐਂਡ ਦੋਸਤੋ ਕਈ ਵਾਰ एग्जाम ਵਿੱਚ ਪੁੱਛਿਆ ਜਾਂਦਾ ਹੈ ਕਿ ਆਈਸੀ ਚਿਪ ਕਿਸ ਦੀ ਬਣੀ ਹੁੰਦੀ ਹੈ ਤਾਂ ਰਾਈਟ ਆਨਸਰ ਆਪਣਾ ਸਿਲੀਕਨ ਹੋਵੇਗਾ हेठ लिखियों कंप्यूटर भाषा नहीं है आंसर है उपात ठीक है जी उपात कोई भी कंप्यूटर की भाषा नहीं है पेन पेनड्राइव का प्रयोग कंप्यूटर किस लिए किया जाता है तो रईट आंसर है स्टोरेज डिवाइस ठीक है जी जो पेन ड्राइव एक स्टोरेज डिवाइस है जिसका प्रयोग कंप्यूटर किया जाता है डीवी टी का पूरा नाम की है आंसर है डिजिटल वीडियो डिस्क ठीक है जी डीबी टी का पूरा नाम है डिजिटल वीडियो डिस्क रैम दा पूरा नाम की है हैइट आंसर है रैंडम एक्सेस मेमोरी ठीक है रैंडम एक्सेस मेमोरी जो रैम का पूरा ना है इस तरह दोस्तों आज अज्जे जो कंप्यूटर बेस कर रिलेटेड क्वेश्चन समाप्त तो हुए ने भी वजिए लगी लाइक करो शेयर करो चैनल सब्सक्राइब जरूर करो धन्यवाद